ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਕਾਲੀਆਂ ਐਨਕਾਂ ਕਿੱਥੇ ਨੇ? ਕਾਲੀਆਂ ਐਨਕਾਂ ਨਹੀਂ, ਮੈਂ ਮੈਂ ਕਿਹਾ ਸੀ ਕਾਲੀ ਐਨਕ ਨਾ ਲਾਇਆ ਕਾ। ਅੱਛਾ, ਫਿਰ ਉਹ ਫੋਲੋ ਨਹੀਂ ਨਹੀਂ, ਪਰ ਕੁੜੀਆਂ ਲਾਉਣ ਲੱਗ ਪਈਆਂ। ਔਰ ਹਾਂਜੀ, ਬਹੁਤ ਧੰਨਵਾਦ ਤੁਹਾਡੇ। ਮੈਂ ਮੀਡੀਆ ਦੇ ਥਰੂ ਕਹੂੰਗਾ ਕਿ ਜਿੰਨੀ ਆਡੀਅੰਸ ਆ, ਜਿੰਨੇ ਮੇਰੇ ਫੈਨਸ ਆਲ ਓਵਰ ਦਾ ਵਰਲਡ, ਸਾਰਿਆਂ ਨੇ ਕਾਲੀ ਐਨਕ ਨੂੰ ਇੰਨਾ ਕੁ ਪਿਆਰ ਦਿੱਤਾ, ਇੰਨਾ ਕੁ ਕੁੜੀਆਂ ਨੇ ਰੀਲਾਂ ਬਣਾ ਕੇ, ਮੈਨੂੰ ਲੱਗਦਾ ਇੰਨੀਆਂ ਕਿਸੇ ਪੰਜਾਬੀ ਗਾਣੇ ਦੀ ਅੱਜ ਤੱਕ ਬਣੀਆਂ ਨਹੀਂ। ਸੋ ਬਹੁਤ ਚੰਗਾ ਲੱਗਿਆ ਜੀ, ਵਧੀਆ। ਤੁਹਾਡੇ ਗਾਣੇ ਹਮੇਸ਼ਾ ਸੁਣਦੇ ਆ, ਸਰਾਦੇ ਆ ਤੇ ਬਹੁਤ ਜ਼ਿਆਦਾ ਪਿਆਰ ਕਰਦੇ ਆ ਤੇ ਹੋਰ ਵੀ ਉਡੀਕ ਕਰਦੇ ਆ, ਅੱਗੇ ਕੀ ਪਲਾਨ ਹੈ ਫਿਰ? ਆ ਬਿਲਕੁਲ ਜੀ, ਮੈਂ ਹੁਣ ਇੱਥੇ ਗਾਣੇ ਇੱਕ ਨਵਾਂ ਰਿਕਾਰਡ ਕਰਨ ਆਇਆ ਸੀਗਾ ਤੇ ਉਹ ਰਿਕਾਰਡ ਅਸੀਂ ਕੱਲ ਕਰ ਦਿੱਤਾ ਤੇ ਹੁਣ ਆਉਣ ਵਾਲੇ ਨਵੇਂ ਸਾਲ ਤੋਂ ਪਹਿਲਾਂ ਅਸੀਂ ਨਵਾਂ ਗੀਤ ਲੈ ਕੇ ਆਉਂਗੇ। ਬਹੁਤ ਵਧੀਆ, ਵਾਓ, ਮਤਲਬ ਨਿਊ ਇਅਰ ਸਰਪ੍ਰਾਈਜ਼ ਆਉਣ ਵਾਲਾ ਹੈ ਗਾਇਸ, ਵੇਟ ਕਰੋ। ਬਿਲਕੁਲ ਬਿਲਕੁਲ, ਪਾਰਟੀ ਸੌਂਗ ਆ ਆਪਾਂ, ਜਿੱਦਾਂ ਕਾਲੀ ਐਨਕ ਸੀ, ਮੈਂ ਆਈਡੀਆ ਨਹੀਂ ਦੇਣਾ, ਇਦਾਂ ਦੀਆਂ ਚੀਜ਼ਾਂ ਆਪਾਂ ਜਿਹਨੂੰ ਇੱਕ ਨੂੰ ਬਹੁਤ ਯੂਜ਼ ਕਰਦੇ ਆ, ਇਦਾਂ ਦਾ ਗਾਣਾ ਇੱਕ ਹੋਰ ਆਇਆ ਜਿਹੜਾ ਕਿ ਸਬਜੈਕਟ ਤੋਂ ਬਹੁਤ ਹਟ ਕੇ ਆਉਂਦਾ। ਰੌਕਿੰਗ ਹੈ ਗਾਇਸ, ਰੌਕ ਕਰਨ ਲਈ ਤਿਆਰ ਹੋ ਜਾਓ। ਸੋ ਪਾਗੀ ਦੀ ਤੁਸੀਂ ਦੇਖੀਏ, ਹਿਸਟੋਰੀਕਲ ਹੈ, ਕਿਦਾਂ ਦਾ ਫੀਲ ਹੋਇਆ? ਮਤਲਬ ਇਮੋਸ਼ਨਲੀ ਤਾਂ ਬਹੁਤ ਜ਼ਿਆਦਾ ਅਸੀਂ ਸਾਰੇ ਕਨੈਕਟ। ਹਾਂਜੀ ਹਾਂਜੀ, ਫਿਲਮ ਬਹੁਤ ਸੋਹਣੀ ਸੀ ਜੀ, ਵੈਰੀ ਨਾਈਸ। ਸਾਰੀ ਕਾਸਟ ਨੂੰ ਮੇਰੇ ਵੱਲੋਂ ਬਹੁਤ ਬਹੁਤ ਮੁਬਾਰਕਾਂ, ਹਰ ਬੰਦੇ ਨੇ ਮਤਲਬ ਰੋਲ ਦੇ ਵਿੱਚ ਜਾਨ ਪਾ ਦਿੱਤੀ। ਔਰ ਦੂਜੀ ਗੱਲ, ਸਟੋਰੀ ਬਹੁਤ ਵਧੀਆ ਸੀ, ਸਟੋਰੀ ਤਾਂ ਚਲੋ ਅਸੀਂ ਉਹਨਾਂ ਦੇ ਪਹਿਲਾਂ ਹੀ ਬਹੁਤ ਫੈਨ ਆ, ਅਤੇ ਗੌਤਮ ਜੀ ਨੇ ਡਾਇਰੈਕਟ ਬਹੁਤ ਵਧੀਆ ਕੀਤਾ। ਬਹੁਤ ਇੱਦਾਂ ਦੀਆਂ ਫਿਲਮਾਂ, ਮੇਰੀ ਵੀ ਸੱਚ ਫਿਲਮ ਆ ਰਹੀ ਹੈ, ਮੈਂ ਤੁਹਾਨੂੰ ਇਹ ਦੱਸਾਂ, ਕਿਉਂਕਿ ਜਦੋਂ ਤੁਸੀਂ ਐਕਟਿੰਗ ਕਰਦੇ ਆ, ਤੁਸੀਂ ਜਦੋਂ ਕਰਦੇ ਆ ਤਾਂ ਉਹ ਤੁਹਾਨੂੰ ਲੱਗਦਾ ਹੁੰਦਾ ਕਿ ਬਹੁਤ ਔਖਾ ਕੰਮ ਹੈ, ਅਤੇ ਇੱਦਾਂ ਦੀਆਂ ਫਿਲਮਾਂ ਕਰਨੀਆਂ ਬਹੁਤ ਔਖੀਆਂ ਆ, ਜਦੋਂ ਤੁਸੀਂ ਹਿਸਟੋਰੀਕਲ ਚੀਜ਼ਾਂ ਵੀ ਇਕੱਠੀਆਂ ਕਰ ਰਹੀਆਂ, ਹੋਰ ਉਹ ਸਾਰਾ ਕੰਮ ਇਕੱਠਾ ਕਰਨਾ, ਇੱਦਾਂ ਦੇ ਕਰੈਕਟਰ ਜਿੱਦਾਂ ਲੱਭ ਕੇ ਲਿਆਉਣੇ, ਉਹ ਇੱਕ ਇੱਦਾਂ ਲੱਗ ਰਿਹਾ ਸੀਗਾ ਕਿ ਯਾਰ ਇਹ ਮਤਲਬ ਕੋਈ ਫਿਲਮ ਨਹੀਂ, ਜਿੱਦਾਂ ਕੋਈ ਬਿਲਕੁਲ ਜਿੱਦਾਂ ਥੀਏਟਰ ਵਿੱਚ ਤੁਸੀਂ ਜਿੱਦਾਂ ਮਤਲਬ ਨਾ ਇੱਕ ਡਰਾਮਾ ਦੇਖ ਰਹੇ ਆ। ਔਰ ਮੈਂ ਆਇਆ ਸੀ ਇੱਥੇ ਸਿਰਫ 15 ਕੁ ਮਿੰਟ ਲਈ ਕਿ ਮੈਂ 10-15 ਮਿੰਟ ਥੋੜ੍ਹਾ ਚਲੋ ਵਧਾਈ ਦੇ ਕੇ ਮੁੜ ਜਾਊਂਗਾ, ਪਰ ਮੇਰਾ ਦਿਲ ਹੀ ਨਹੀਂ ਕੀਤਾ ਜਾਣ ਨੂੰ। ਪੂਰੀ ਫਿਲਮ ਦੇਖੀ, ਬਹੁਤ ਸੋਹਣੀ। ਮਤਲਬ ਇੱਕ ਦਿਲਨੂਰ ਬੱਚੀ ਦਾ ਇੱਕ ਕੈਰੇਕਟਰ ਜੋ ਬਹੁਤ ਜ਼ਿਆਦਾ ਮਤਲਬ ਇਮੈਜਿਨ ਨਹੀਂ ਕਰ ਸਕਦੇ ਸੀ ਬੱਚਾ। ਮੈਂ ਤਾਂ ਰੋਂਦਾ ਆਇਆ ਜੀ ਸੱਚੀ, ਮੈਂ ਦੱਸਣਾ ਨਹੀਂ ਚਾਹੁੰਦਾ। ਉਹ ਕੁੜੀ ਨੇ ਮੈਨੂੰ ਬਹੁਤ ਪ੍ਰਭਾਵਿਤ ਕੀਤਾ, ਉਹ ਕੁੜੀ ਨੇ ਬਹੁਤ ਜ਼ਿੰਦਗੀ 'ਚ ਤਰੱਕੀ ਕਰਨੀ ਹੈ ਆਉਣ ਵਾਲੇ ਸਮੇਂ 'ਚ, ਐਂਡ ਜਿਹੜੀ ਕੁੜੀ ਇਹ ਮੇਨ ਰੋਲ ਦੇ ਵਿੱਚ ਸੀ, ਉਹਨੇ ਵੀ ਬਹੁਤ, ਉਹਦਾ ਵੀ ਕਰੈਕਟਰ ਬਹੁਤ ਨਾ, ਉਹ ਕੁੜੀ ਵੀ ਇੱਕ ਤਾਂ ਨਾ ਮੈਨੂੰ ਨਾਂ ਚੇਤਾ ਭੁੱਲ ਗਿਆ, ਜਿਹੜੇ ਮੇਨ ਕੁੜੀ ਨਾਂ ਸੀ ਉਹਦਾ, ਉਹਨੇ ਆਪਣੇ ਮਤਲਬ ਕਰੈਕਟਰ ਵਿੱਚ ਉਹ ਵੀ ਜਾਨ ਪਾ ਦਿੱਤੀ। ਹਾਂਜੀ, ਛੋਟੀ ਕੁੜੀ ਨਹੀਂ, ਜਿਹੜੀ ਮੇਨ ਕੁੜੀ ਸੀਗੀ, ਜਿਹੜੀ ਹੀਰੋਇਨ ਸੀਗੀ ਇਸ ਫਿਲਮ ਦੀ। ਔਰ ਸਾਰਿਆਂ ਨੇ ਮੈਨੂੰ ਬਹੁਤ ਬਹੁਤ ਅੱਛਾ ਕੰਮ ਕੀਤਾ, ਮੈਂ ਤਾਂ ਸਾਰਿਆਂ ਨੂੰ, ਮੈਂ ਸਮਝਦਾ PTC ਨੇ ਅੱਜ ਮੈਨੂੰ ਕਿਹਾ ਕਿ ਤੁਸੀਂ 10 ਮਿੰਟ ਲਈ ਜ਼ਰੂਰ ਆਓ, ਮੈਂ 10 ਮਿੰਟ ਲਈ ਆਇਆ ਸੀਗਾ, ਪਰ ਮੈਨੂੰ ਨਹੀਂ ਸੀ ਪਤਾ ਕਿ ਇੰਨੇ ਆਰਟਿਸਟ ਇੱਥੇ ਮਿਲਣਗੇ ਅਤੇ ਇੰਨੇ ਆਪਾਂ ਸਾਰੇ ਜਣੇ ਇੱਥੇ ਗੱਲ ਕਰੂੰਗਾ, ਅਤੇ ਮੈਂ ਸਾਰਿਆਂ ਨੂੰ ਮਿਲ ਕੇ ਮੈਨੂੰ ਬੜਾ ਚੰਗਾ ਲੱਗਿਆ। ਅਗਲੀ ਕਿਹੜੀ ਫਿਲਮ ਲੈ ਕੇ ਆ ਰਹੇ ਹੋ, ਕਿਹੜਾ ਕੈਰੇਕਟਰ ਹੋਏ ਦੇਖਣ ਵਾਲਾ ਹੈ? ਮੇਰੀ ਫਿਲਮ ਨਵੀਂ ਆ ਰਹੀ ਜੀ ਲੇਖ, ਅਸੀਂ ਇੰਗਲੈਂਡ 'ਚ ਹੀ ਸਾਰੀ ਸ਼ੂਟ ਕੀਤੀ ਹੈ, ਖੈਰ ਹੁਣ ਤਾਂ ਕਹਿਣ ਦਾ ਫਾਇਦਾ ਨਹੀਂ, ਹੁਣ ਤਾਂ ਸਾਰੀਆਂ ਫਿਲਮਾਂ ਇੰਗਲੈਂਡ ਸ਼ੂਟ ਹੁੰਦੀਆਂ, ਅਸੀਂ ਉੱਥੇ ਰਹਿੰਦੇ ਕਰਕੇ ਤੇ ਉੱਥੇ ਸ਼ੂਟ ਕੀਤਾ ਸਾਰੇ। ਕਿਸ ਤਰ੍ਹਾਂ ਦਾ ਕੈਰੇਕਟਰ ਹੋਣ ਵਾਲਾ ਤੁਹਾਡਾ, ਕਿਸ ਤਰ੍ਹਾਂ ਦਾ ਕੈਰੇਕਟਰ ਤੁਹਾਡਾ ਦੇਖਣ ਨੂੰ ਮਿਲੇਗਾ? ਸਟੋਰੀ ਤਾਂ ਹੁਣ ਨਹੀਂ, ਉਹੀ ਗੱਲ ਬੰਬੇ ਵਾਲਿਆਂ ਕੋਲ, ਮਾਰੀ ਸਟੋਰੀ ਥੋੜ੍ਹੀ ਹਟ ਕੇ ਹੈ ਜੋ ਫਿਲਮਾਂ 'ਚ ਹੁੰਦਾ, ਪਰ ਅਸੀਂ ਜਦੋਂ ਸਾਡੀ ਵੀ ਤੁਸੀਂ ਫਿਲਮ ਇੱਦਾਂ ਥੀਏਟਰ 'ਚ ਦੇਖੋਗੇ ਤੇ ਤੁਸੀਂ ਜ਼ਰੂਰ ਪ੍ਰਭਾਵਿਤ ਹੋਵੋਗੇ ਕਿ ਇੱਦਾਂ ਦੀਆਂ ਫਿਲਮਾਂ ਵੀ ਸਾਡੀ ਇੰਡਸਟਰੀ ਦੇ ਵਿੱਚ ਆਉਣੀਆਂ ਚਾਹੀਦੀਆਂ। ਔਰ ਅਸੀਂ ਉਹਨੂੰ ਸਾਰੀ ਫਿਲਮ ਨੂੰ ਇੰਗਲੈਂਡ ਦੇ ਵਿੱਚ ਸਾਰਾ ਸ਼ੂਟ ਕੀਤਾ, ਰਿੱਕੀ ਚੌਹਾਨ ਸਾਡੇ ਡਾਇਰੈਕਟਰ ਨੇ, ਦਲਜੀਤ ਸਿੰਘ ਪ੍ਰੋਡਿਊਸਰ ਆ। ਔਰ ਇਹ ਵੀ ਅਸੀਂ ਪਹਿਲਾਂ ਕੋਸ਼ਿਸ਼ ਕਰਦੇ ਸੀ ਕਿ ਨਵੇਂ ਸਾਲ ਤੱਕ ਅਸੀਂ ਰਿਲੀਜ਼ ਕਰ ਦਈਏ, ਪਰ ਕਾਲੀ ਐਨਕ ਨੇ ਫੱਟੇ ਹੀ ਇੰਨੇ ਚੁੱਕੇ ਪਏ ਆ, ਮੇਰੇ ਸ਼ੋਅ ਇੰਨੇ ਆ ਅਤੇ ਸਾਡੀ ਸ਼ੂਟਿੰਗ ਹਲੇ ਖਤਮ ਨਹੀਂ, ਇੱਕ ਗਾਣਾ ਰਹਿ ਗਿਆ। ਸੋ ਹੁਣ ਮੈਂ ਜਦੋਂ ਲੰਡਨ ਵਾਪਸ ਆ ਕੇ ਅਤੇ ਸਾਡੀਆਂ 5-6 ਨੂੰ ਸ਼ੂਟਿੰਗ ਹੈ, ਉਸ ਤੋਂ ਬਾਅਦ ਫਿਰ ਅਸੀਂ ਨਵੇਂ ਸਾਲ ਤੋਂ ਪਹਿਲਾਂ ਰਿਲੀਜ਼ ਕਰਨ ਦੀ ਕੋਸ਼ਿਸ਼ ਕਰਾਂਗੇ, ਪਰ ਮੈਨੂੰ ਲੱਗਦਾ ਜਨਵਰੀ ਤੱਕ ਅਸੀਂ ਕਰ। ਤੁਹਾਡੀ ਫਿਲਮ ਦੇ ਵਿੱਚ ਤੁਹਾਡੇ ਕਿੰਨੇ ਗਾਣੇ ਦੇਖਣ ਨੂੰ ਸੁਣਨ ਨੂੰ ਮਿਲਣ ਵਾਲੇ? ਫਿਲਮ ਦੇ ਜੀ, ਫਿਲਮ 'ਚ ਸਾਡੇ 4 ਗੀਤ ਹੈ, 4 ਗੀਤ ਹੈ, 2-3 ਮੇਰੇ ਸੋਲੋ ਸੌਂਗ ਹੈ, ਔਰ 1 ਸਾਡਾ ਡਿਊਟ ਹੈ, ਮੈਂ ਡਿਊਟ ਪਹਿਲਾਂ ਨਹੀਂ ਕਦੇ ਗਾਇਆ, ਹੁਣ ਇੱਕ ਡਿਊਟ 'ਚ ਵੀ ਗਾਇਆ। ਮਾਈ ਗੋਡ, ਆਲ ਦਾ ਬੈਸਟ, ਤੇ ਜਲਦੀ ਜਲਦੀ ਮਿਲੋ, ਅਗਲੀ ਵਾਰੀ ਕਾਲੀ ਐਨਕ ਲਾ ਕੇ ਆਇਓ। ਹਾਂ ਪੱਕਾ ਜੀ, ਪੱਕਾ, ਮੈਂ ਨਾਲ ਲੈ ਕੇ ਆਇਆ, ਪਰ ਮੈਨੂੰ ਚੰਗੀਆਂ ਨਹੀਂ ਲੱਗਦੀਆਂ ਐਨਕਾਂ ਲਾਉਣੀਆਂ, ਤਾਂ ਹੀ ਗਿਆ ਸੀ ਕਾਲੀ ਐਨਕ। ਹਾਂ, ਮੈਂ ਲਾਈਕ ਨਹੀਂ ਕਰਦਾ ਕਾਲੀ ਐਨਕ, ਮੈਂ ਸੱਚੀ ਗੱਲ ਕਰਦਾ ਸੱਚੀ, ਉੱਦਾਂ ਨਹੀਂ ਕਹਿ ਰਿਹਾ, ਮੈਂ ਕਿਹਾ ਸੀ ਲਾਇਆ ਨਾ ਕਰੋ ਕਰਕੇ, ਕਈ ਵਾਰੀ ਜਦੋਂ ਬੰਦਾ ਸਟਾਰ ਵੀ ਇੰਟਰਵਿਊ ਕਰਦਾ ਨਾ, ਮੈਂ ਤੁਹਾਡੇ ਲਾ ਕੇ ਐਨਕ ਲਾ ਕੇ ਖੜਾ ਹੋਵਾਂ, ਉਹ ਅੱਖਾਂ ਦਾ ਕੰਟੈਕਟ ਨਹੀਂ ਰਹਿੰਦਾ, ਉਹ ਇੱਕ ਐਟੀਚਿਊਡ ਲੱਗਦਾ, ਬਹੁਤ ਸ਼ਰੀਫ ਹੋ ਕੇ ਇੰਟਰਵਿਊ ਦਿਆ ਕਰੋ, ਵਧੀਆ ਤਰੀਕੇ ਨਾਲ ਲਾਇਆ ਕਰੋ। ਇਸੇ ਕਰਕੇ ਹੀ ਮੈਂ ਕਿਹਾ ਸੀ ਕੁੜੀਆਂ ਨੂੰ ਵੀ ਤੂੰ ਕਾਲੀ ਐਨਕ ਨਾ ਲਾ, ਕਿਉਂਕਿ ਤੇਰੀਆਂ ਲੋਕ ਅੱਖਾਂ ਦੇਖਣੀਆਂ ਚਾਹੁੰਦੇ ਆ, ਤੂੰ ਅੱਖਾਂ ਉਹ ਜਿਹੜੀਆਂ ਉਹ ਕਾਲੇ ਸ਼ੀਸ਼ਿਆਂ ਪਿੱਛੇ ਲਕੋ ਲੈਂਦੀ ਆ।
बच्चे घरों तुरन लगे अपने मां बाप नूं कहिंदे आ वे कालियां अनकां लै लईआं मलकीत सिंह दा गाना काली अनक ते आपां डांस कर नचना सो इट्स रियली गुड बहुत वधिया थैंक यू वेरी मच नाइस टू मीट यू जल्दी मिलिए अरदास करदी हां ते थैंक यू धन्यवाद थैंक यू।